ਉਹ ਕਹਿੰਦੇ ਹੁੰਦੇ ਕਿ ਚੰਗੇ ਕਲਾਕਾਰ ਦੀ ਹੀ ਕਿਸਮਤ ਚੰਗੀ ਹੁੰਦੀ ਹੈ, ਇਹ ਮੈਂ ਹਮੇਸ਼ਾ ਦੇਖਿਆ। ਕਿਉਂਕਿ ਸਰਤਾਜ ਵੀਰੇ, ਮੈਂ ਲਾਈਕ ਇੱਕ ਬਹੁਤ ਸਿਲੈਕਟਿਵ ਸਿੰਗਿੰਗ ਕਰਦੇ ਹੋਏ ਆਰਟਿਸਟ ਦੇ ਮੇਨ ਸਟ੍ਰੀਮ ਤੋਂ ਉੱਤੇ ਜਾ ਕੇ ਨੈਸ਼ਨਲ ਲੈਵਲ ਤੱਕ ਪਹੁੰਚਦੇ ਹੋਏ ਤੁਹਾਨੂੰ ਦੇਖਿਆ ਆ। ਥੈਂਕ ਯੂ। ਔਰ ਮੈਂ ਕਹਿੰਦਾ ਦੱਸਾਂ ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਕੀ ਸੀ, ਤੁਸੀਂ ਕਦੇ ਕੰਪਰੋਮਾਈਜ਼ ਨਹੀਂ ਕੀਤਾ ਆਪਣੀ ਉਸ ਆਰਟ ਦੇ ਨਾਲ, ਜਿਹਦੇ ਤੋਂ ਲੋਕ ਕਈ ਵਾਰੀ ਡੀਵੀਏਟ ਹੋ ਜਾਂਦੇ ਨੇ ਕਿ ਅਸੀਂ ਕਮਰਸ਼ੀਅਲੀ ਸਕਸੈਸ ਪਾਣਾ। ਇਸ ਪਾਥ ਤੇ ਚੱਲਣਾ ਡਿਫਿਕਲਟ ਸੀਗਾ? ਅੱਜ ਜਦ ਆਪਾਂ ਬੈਠ ਕੇ ਇਸ ਬਾਰੇ ਗੱਲ ਕਰਦੇ ਹਾਂ। ਨਹੀਂ ਨਹੀਂ, ਜੈਨੂਅਲੀ ਡਿਫਿਕਲਟ ਤਾਂ ਹੁੰਦਾ ਕਿ ਜਦੋਂ ਤੁਸੀਂ ਡਿਲੇਮਾ 'ਚ ਜਾਂ ਕਨਫਿਊਜ਼ਨ 'ਚ ਹੁੰਦੇ ਆ ਜਾਂ ਡਬਲ ਮਾਈਂਡਡ ਹੁੰਦੇ ਆ ਕਿ ਯਾਰ ਮੈਂ ਆਹ ਕਰ ਲਵਾਂ ਕਿ ਨਹੀਂ। ਅਤੇ ਮੈਂ ਤਾਂ ਬਹੁਤ ਹੀ ਕੰਟੈਂਟ ਹਾਂ ਬੇਸਿਕਲੀ ਇਨਸਾਈਡ। ਮੇਰੀ ਖੁਸ਼ਕਿਸਮਤੀ ਕਹਿ ਲਓ ਜਾਂ ਸਕਸੈਸ ਇਹੀ ਸਮਝਦਾ ਕਿ ਜੋ ਮੇਰਾ ਦਿਲ ਕਰਦਾ ਉਹ ਅਸੀਂ ਕਰਦੇ ਹਾਂ। ਤੁਸੀਂ ਮੰਨਣਾ ਨਹੀਂ, ਅੱਜ ਅਸੀਂ ਇੱਥੇ ਬੈਠੇ ਹਾਂ, ਕੱਲ੍ਹ ਇੱਕ ਸਾਡਾ ਗਾਣਾ ਸਡਨਲੀ ਰਿਲੀਜ਼ ਹੋ ਗਿਆ, ਮੈਨੂੰ ਪਤਾ ਹੀ ਨਹੀਂ। ਫਿਰ ਮੈਂ ਕਿਹਾ ਯਾਰ ਇਹ ਕਦੋਂ ਹੋ ਗਿਆ? ਕਹਿੰਦੇ ਅੱਛਾ ਅੱਛਾ ਨਹੀਂ, ਹਟਾਉਣੇ ਆ, ਦੋ ਦਿਨ ਬਾਅਦ ਕਰ ਦਾਂਗੇ। ਸੋ ਦਿਸ ਇਜ਼ ਹਾਉ ਆਈ ਐਮ, ਹੈ ਨਾ। ਅਤੇ ਸੋ ਇਹ ਬਹੁਤ ਸਾਰੇ ਗਾਣੇ ਉਹ ਜਿਹੜੇ ਤੁਸੀਂ ਆਈਫੋਨ ਤੇ ਸ਼ੂਟ ਕੀਤੇ, ਆਈਫੋਨ ਦੇ, ਹਾਂਜੀ ਐਕਚੁਅਲੀ ਉਹੀ ਉਹੀ ਆ, ਹਾਂ ਉਹ ਟਰੈਵਲ ਡਾਇਰੀ ਦੇ ਵਿੱਚ 21 ਸੌਂਗ ਨੇ। ਠੀਕ ਹੈ ਜੀ, ਉਹ ਹਰ ਦਸਵਾਂ ਇਹਨਾਂ ਨੇ ਜਿਹੜੀ ਲਾਸਟ ਨੂੰ ਦੱਸਿਆ ਸੀ, ਇਹਨਾਂ ਨੇ ਬਹੁਤ ਸਾਰੇ ਗੀਤ ਨੇ ਆਪਣੇ ਆਈਫੋਨ ਦੇ ਰਾਹੀਂ ਜਿੱਥੇ ਜਿੱਥੇ ਨਾਲ ਚੰਗਾ ਲੱਗਦਾ ਸੀ ਉੱਥੇ ਸ਼ੂਟ ਕੀਤੇ ਹੋਏ ਨੇ। ਫੋਰਚੂਨੇਟਲੀ ਅਸੀਂ ਐਕਚੁਅਲੀ ਟਰੈਵਲ ਕਰਦੇ ਹਾਂ ਗਲੋਬਲੀ, ਜਿੱਥੇ ਵੀ ਸਾਡਾ ਪੰਜਾਬੀ ਡਾਇਸਪੋਰਾ ਰਹਿੰਦਾ, ਫਰੋਮ ਆਕਲੈਂਡ ਨਿਊਜ਼ੀਲੈਂਡ ਟੂ ਨਿਊਯਾਰਕ, ਹੈ ਨਾ, ਕੀ ਕਹਿੰਦੇ 24 ਘੰਟੇ ਦਾ ਟਾਈਮ ਡਿਫਰੈਂਸ ਹੈ। ਜਿੱਥੇ ਜਿੱਥੇ ਵੀ ਸ਼ਹਿਰਾਂ 'ਚ ਅਸੀਂ ਜਾਂਦੇ ਹਾਂ, ਜੇ ਮੈਨੂੰ 2 ਘੰਟੇ 3 ਘੰਟੇ ਹਾਫ ਡੇ 1 ਡੇ ਕੋਈ ਮਿਲ ਜਾਂਦੀ ਹੈ, ਅਸੀਂ, ਹੈ ਨਾ, ਤੁਸੀਂ ਹੁੰਦੇ ਹੀ ਆ ਲੋਕੇਸ਼ਨ 'ਤੇ। ਸੋ ਮੇਰੇ ਕੋਲ ਫੋਨ ਹੁੰਦਾ, ਜਿਹੜਾ ਵੀ ਮੇਰੇ ਕੋਲ ਕੋਈ ਬੰਦਾ, ਚਾਹੇ ਉਹ ਸਾਡਾ ਡਰਾਈਵਰ ਹੈ, ਚਾਹੇ ਉਹ ਸਾਡਾ ਮਿਊਜ਼ੀਸ਼ੀਅਨ ਹੈ, ਕੁਛ ਵੀ ਹੋ, ਕਿਉਂਕਿ ਇੱਥੇ ਫੜ ਮੈਂ ਇੱਥੇ ਇਹੋ ਜਿਹਾ ਗਾਣਾ ਸ਼ੂਟ ਕਰਦਾ। ਸੋ ਇੱਦਾਂ ਦੇ ਗੀਤ ਹੈ ਸਾਡੀ ਟਰੈਵਲ ਡਾਇਰੀ, ਉਹਦਾ ਨਾਮ ਹੈ, ਉਹਦੇ 10 ਗੀਤ ਰਿਲੀਜ਼ ਹੋ ਚੁੱਕੇ ਆ, 11ਵਾਂ ਹੋਣੀ ਸਡਨਲੀ ਹੋ ਗਿਆ ਸੀ, 1-2 ਦਿਨ ਬਾਅਦ ਹੋ ਜਾਊਗਾ। ਸੋ ਇਸ ਤਰ੍ਹਾਂ ਹੀ ਆਉਂਦੇ ਰਹਿਣਗੇ, ਬਟ ਉਹ ਕੰਟੈਂਟ ਆ ਜਿਹਨੂੰ ਮੈਂ ਕਮਰਸ਼ੀਅਲ ਨਹੀਂ ਇੰਨਾ ਸਮਝਦਾ, ਬਟ ਉਹ ਇੰਨਾ ਐਨਰਿਚਿੰਗ ਅਤੇ ਇੰਨਾ ਆਰਟਿਸਟਿਕ ਆ, ਜਿਹੜਾ ਮੇਰੇ ਬਹੁਤ ਕਲੋਜ਼ ਹੈ, ਅਤੇ ਮੈਂ ਚਾਹੁੰਦਾ ਕਿ ਉਹ ਜਲਦੀ ਤੋਂ ਜਲਦੀ ਪਹੁੰਚੇ। ਹੁਣ